में आगे बढ़ेंगे और बात कर लेते हैं पंजाब की। आपको बता दें कि पंजाब के नानकसर गुरुद्वारे के प्रमुख बाबा लखावाल ने भी बृहस्पतिवार को केंद्रीय कृषि मंत्री नरेंद्र सिंह तोमर से मुलाकात की है, जहां पर बाबा लखा सिंह ने कहा है कि कुछ भी हो जाए भविष्य में वो कभी भी किसी राजनीतिक पार्टी का हिस्सा नहीं बनेंगे और ना ही कभी किसान आंदोलन को लेकर कोई राजनीति करेंगे। बाबा ने यह भी कहा कि सरकार को अपनी प्रजा का पक्ष पहल के आधार पर लेना चाहिए, लेकिन केंद्र सरकार ऐसा नहीं कर रही। केंद्र सरकार लगातार आंदोलन कर रहे किसानों और साथ ही अन्य वर्गों को नजरअंदाज कर रही है। इंडिया दे विच जिहड़ा किसान अंदोलन है शिखरा ते पहुंचिया होया, सब नू पता है वख-वख तरह दे कयास लगाए जा रहे ने। बाबा जिहड़े लखा सिंह जी ने वह भी केंद्रीय खेतीबाड़ी मंत्री तोमर जी दे नाल मुलाकात कर चुके ने। असी विशेष तौर पर असी मुलाकात करान लिया हां थोड़ी, बाबा लखा सिंह साडे नाल ने नानकसर कलेरा वाले। बाबा जी स्वागत है जी। बाबा जी मीटिंग जिहड़ी हुई है थोड़ी खेतीबाड़ी मंत्री दे नाल, ਉਹ ਤੁਸੀਂ ਆਪ ਮੁਹਾਰੇ ਯਤਨ ਕੀਤਾ ਸੀ ਜਾਂ ਤੁਹਾਨੂੰ ਬੁਲਾਇਆ ਗਿਆ ਸੀਗਾ? ਦੇਖੋ ਜਿਹੜੀ ਮੇਨ ਗੱਲ ਆ, ਇਹ ਸੰਘਰਸ਼ ਚੱਲਦੇ ਨੂੰ ਬੜਾ ਲੰਬਾ ਟਾਈਮ ਹੋ ਗਿਆ। ਪਹਿਲਾਂ ਪੰਜਾਬ ਦੇ ਵਿੱਚ ਚੱਲਦਾ ਰਿਹਾ, ਫਿਰ ਸਵਾ ਮਹੀਨੇ ਤੋਂ ਉੱਪਰ ਹੋ ਗਿਆ ਦਿੱਲੀ ਬੈਠਿਆਂ ਨੂੰ। ਅਤੇ ਉਸ ਸੰਘਰਸ਼ ਦੇ ਵਿੱਚ ਤਕਰੀਬਨ 56-57 ਜਿਹੜੇ ਲੋਕ ਨੇ ਉਹ ਆਪਣਾ ਆਪ ਕੁਰਬਾਨ ਕਰ ਗਏ ਨੇ। ਸਾਡੀ ਸੰਸਥਾ ਦੇ ਸਾਡੇ ਗੁਰ ਭਾਈ ਬਾਬਾ ਰਾਮ ਸਿੰਘ ਜੀ ਉਹ ਵੀ ਆਪਣੀ ਸਰੀਰ ਦੀ ਪ੍ਰਭੂਤੀ ਦੇ ਚੁੱਕੇ ਨੇ। ਅਤੇ ਹੁਣ ਉੱਥੇ ਜਦੋਂ ਆਪਣਾ ਲੰਗਰ ਚੱਲ ਰਿਹਾ ਉਦੋਂ ਤੋਂ ਲੈ ਕੇ ਅਤੇ ਜਿੱਦਣ ਸੰਘਰਸ਼ ਸ਼ੁਰੂ ਹੋਇਆ ਦੂਜੇ ਤੀਜੇ ਦਿਨ ਆਪਣਾ ਲੰਗਰ ਉੱਥੇ ਚਾਲੂ ਹੋ ਗਿਆ ਸੀਗਾ। ਇਸ ਕਰਕੇ ਮੈਨੂੰ ਉੱਥੇ ਵਾਰ ਵਾਰ ਜਾਣਾ ਪੈਂਦਾ, ਦੇਖਣਾ ਪੈਂਦਾ। ਜਦੋਂ ਉੱਥੇ ਦੇਖੀਦਾ ਤਾਂ ਬੜਾ ਤਰਸ ਆਉਂਦਾ। ਬੇਸ਼ੱਕ ਗੁਰੂ ਨੇ ਸਾਡੇ 'ਤੇ ਇੰਨੀ ਕਿਰਪਾ ਕੀਤੀ, ਰਹਿਮਤ ਕੀਤੀ ਆ, ਆਪਣਾ ਹੌਸਲੇ ਬੁਲੰਦ ਕੀਤੇ ਨੇ ਗੁਰੂ ਸਾਹਿਬ ਨੇ, ਜਿਹੜੇ ਅਸੀਂ ਇੰਨੇ ਹੌਸਲਿਆਂ ਦੇ ਵਿੱਚ ਇੱਥੇ ਡਟ ਕੇ ਆਪਣਾ ਦੂਜੇ ਬੁਝਾ ਰਹੇ ਹਾਂ। ਲੇਕਿਨ ਦੁੱਖ ਤਾਂ ਹੈ ਨਾ, ਜਿਹਦਾ ਕਸ਼ਟ ਤਾਂ ਹੈ ਨਾ। ਇਸ ਲਈ ਫਿਰ ਹੁਣ ਦੋਨੋਂ ਸ਼ੇਡਾਂ 'ਤੇ ਸਰਕਾਰ ਵੀ ਟੱਚ ਤੋਂ ਮਸ ਨਹੀਂ ਹੋ ਰਹੀ ਅਤੇ ਇੱਧਰ ਕਿਸਾਨ ਵੀ ਉਸੇ ਗੱਲ ਦੇ ਉੱਤੇ ਖੜ੍ਹੇ ਆ। ਬਾਬਾ ਜੀ ਮੀਟਿੰਗ ਦੇ ਵਿੱਚ ਕੀ ਵਾਰਤਾਲਾਪ ਹੋਈ ਹੈ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ? ਮੀਟਿੰਗ ਦੇ ਵਿੱਚ ਉਹੀ ਦੱਸ ਰਹੇ ਜਿੱਦਾਂ ਇਹ ਪਿਛੋਕੜੇ ਦਾ ਇਹ ਆ, ਅਤੇ ਇਸ ਲਈ ਫਿਰ ਮੈਂ ਕੋਈ ਨਾ ਕੋਈ ਜ਼ਰੀਆ ਬਣਾਇਆ ਟੈਲੀਫੋਨਾਂ ਦੇ ਰਾਹੀਂ, ਉਹਨਾਂ ਨਾਲ ਗੱਲਾਂ ਪਤਾ ਕੀਤੀਆਂ ਪਹਿਲਾਂ 2-3 ਵਾਰ, ਫਿਰ ਉਹਨਾਂ ਕੋਲ ਟਾਈਮ ਲੈ ਕੇ ਫਿਰ ਉੱਥੇ ਗਏ। ਫਿਰ ਉਹਨਾਂ ਨੇ ਬੜੇ ਹੀ ਧਿਆਨ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਸਾਰੇ ਸੁਣੀਆਂ, ਪੌਣੇ 2 ਘੰਟੇ ਆਪਾਂ ਬੈਠੇ ਰਹੇ ਹਾਂ। ਲੇਕਿਨ ਉਹਦੇ ਵਿੱਚ ਕਾਫੀ ਵਿਚਾਰ ਹੋਈ ਆ, ਲੇਕਿਨ ਉਹਨਾਂ ਨੇ ਕੁਛ ਹਦਾਇਤਾਂ ਸਾਨੂੰ ਕੀਤੀਆਂ ਦੱਸੀਆਂ, ਅਤੇ ਉਹ ਮੈਂ ਆ ਕੇ ਜੋ ਕਿਸਾਨ ਯੂਨੀਅਨ ਦੇ ਵਿੱਚ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਆ, ਉਹਨਾਂ ਨੂੰ ਹੁਣ ਅੱਜ ਉਹਨਾਂ ਨੇ ਬੈਠਣਾ ਸੀ ਸਵੇਰੇ, ਅੱਜ ਉਹਨਾਂ ਦੀ ਮੀਟਿੰਗ। ਉਹਦੇ ਉਹਨਾਂ ਨੇ ਕੋਈ ਹਦਾਇਤਾਂ ਜਾਰੀ ਕੀਤੀਆਂ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਲਈ ਕਿਹੜੀਆਂ ਨੇ ਬਾਬਾ ਜੀ, ਦੱਸ ਸਕਦੇ? ਇੱਦਾਂ ਨਹੀਂ ਮੈਂ ਕੁਛ ਕਹਿ ਸਕਦਾ ਦੱਸ ਸਕਦਾ ਕਿਉਂਕਿ ਇਹ ਸੀਕ੍ਰੇਟ ਗੱਲਾਂ ਨੇ। ਜੇ ਉਹ ਪਾਸ ਤੁਸੀਂ ਕਹਿ ਰਹੇ ਹੋ ਤੁਸੀਂ ਕਿਸਾਨਾਂ ਨੂੰ ਦੱਸ ਚੁੱਕੇ ਹੋ, ਉਹਨਾਂ ਨਾਲ ਮੇਰੀ ਗੱਲ ਹੋ ਗਈ ਆ, ਅਗਰ ਉਹਨਾਂ ਦੇ ਮਨ ਵਿੱਚ ਉਹ ਗੱਲਾਂ ਆ ਜਾਂਦੀਆਂ ਵਾ ਤਾਂ ਫਿਰ ਉਹਦਾ ਗਾਂਹ ਆਪਾਂ ਹੋਰ ਗਾਂਹ ਕਦਮ ਵਧਾਵਾਂਗੇ। ਬਾਬਾ ਜੀ ਕਿਆਸ ਲਗਾਏ ਜਾ ਰਹੇ ਨੇ ਜਿਹੜੀ ਸੈਂਟਰ ਗੌਰਮੈਂਟ ਆ ਟਰੈਕਟਰ ਟਰਾਲੀ ਦਾ ਜਿਹੜਾ ਮਾਰਚ ਕੱਢਿਆ, ਉਸ ਤੋਂ ਬਾਅਦ ਵੱਖ ਵੱਖ ਰਾਜਾਂ ਨੂੰ ਜਿਹੜੇ ਅਧਿਕਾਰ ਦੇਣ ਦੀ ਕੋਸ਼ਿਸ਼ ਕਰੇਗੀ, ਇੱਦਾਂ ਦੇ ਕਿਆਸ ਲਗਾਏ ਜਾ ਰਹੇ ਨੇ, ਤੁਹਾਡਾ ਕੀ ਕਹਿਣਾ ਜੀ ਇਸ ਬਾਰੇ? ਦੇਖੋ ਦਾਸ ਨੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜਾ ਤੁਸੀਂ ਇੰਨਾ ਲੇਟ ਕਰੀ ਜਾ ਰਹੇ ਹੋ ਨਾ, ਇਹ ਮਤ ਸੋਚੋ ਕਿ ਜਿਹੜਾ ਸੰਘਰਸ਼ ਆ ਇਹ ਡਾਊਨ ਪੈ ਜਾਊਗਾ। ਮੈਂ ਕਿਹਾ ਜਿੰਨਾ ਤੁਸੀਂ ਲੇਟ ਕਰਦੇ ਉਨਾ ਇਹ ਮਜ਼ਬੂਤ ਹੋ ਰਿਹਾ, ਉਹਨੇ ਉੱਥੇ ਜ਼ਿਆਦਾ ਪਹਿਰਾ ਦਿੱਤਾ ਜਾ ਰਿਹਾ ਵਾ, ਅਤੇ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਤੁਸੀਂ ਡਾਊਨ ਨਹੀਂ ਪਾ ਸਕਦੇ। ਔਰ ਜਿਹੜਾ ਇਹ ਸਾਰੀਆਂ ਇਹ ਏਜੰਡੇ ਦੇ ਵਿੱਚ ਸਾਰੀਆਂ ਗੱਲਾਂ ਵਿੱਚ ਹੈ ਨੇ, ਅਗਰ ਦੋਨੋਂ ਪਾਸੇ ਸੈਟਿੰਗ ਇਹ ਗੱਲ ਦੀ ਹੁੰਦੀ ਆ ਤਾਂ ਜ਼ਰੂਰ ਇੱਦਾਂ ਹੋ ਸਕਦਾ।